ਲੁੱਟ ਹੋਈ ਸੀ ਧਰਮਪੁਰ ਵਿਖੇ, ਉਹਨੂੰ ਸਾਡੇ ਡੀ ਐਸ ਪੀ ਸਰਦਾਰ ਜਸਵਿੰਦਰ ਸਿੰਘ, ਇੰਚਾਰਜ ਸੀ ਏ ਅਤੇ ਐਸ ਐਸ ਓ ਧਰਮਪੁਰ ਨੇ ਰਲ ਮਿਲ ਕੇ ਇਹਦਾ ਹੱਲ ਕਰ ਲਿਆ ਹੈਗਾ। ਉਹਦੇ 'ਚ ਪਾਇਆ ਗਿਆ ਹੈਗਾ ਜਿਹੜੇ ਜਮ੍ਹਾਂ ਕਰਵਾਉਣ ਵਾਲੇ ਸੀਗੇ, ਜਾ ਰਹੇ ਸੈਟ ਇਨ ਕੇਅਰ ਕਰੈਡ ਲਿਮਿਟਡ ਵਾਲਾ, ਜਿਹੜਾ ਉਹਦੇ 'ਚੋਂ ਇੱਕ ਮੁਲਜ਼ਮ ਹੈਗਾ ਸੁਖਚੈਨ ਸਿੰਘ, ਸੁਖਚੈਨ ਜਿਹੜਾ ਹੈਗਾ ਉਹ ਹੀ ਇਹਦੇ ਵਿੱਚ ਇਨਵੋਲਵ ਸੀ। ਹੁਣ ਆਪਣੇ ਭਰਾ ਨਾਲ ਗੱਲ ਕੀਤੀ ਹੈ, ਉਹਦੇ ਭਰਾ ਨੇ ਅੱਗੇ ਕਾਲੂ ਨਾਲ ਗੱਲ ਕੀਤੀ ਹੈ, ਕਾਲੂ ਨੇ ਅੱਗੇ ਮਾਈਕਲ ਧਰਮੇ ਦੇ ਨਾਲ ਗੱਲ ਕੀਤੀ ਹੈਗੀ। ਇਹ ਜਿਹੜੇ ਹੈਗੇ ਧਰਮਾ, ਮਾਈਕਲ ਅਤੇ ਕਾਲੂ, ਇਹ ਤਿੰਨੇ ਹੀ ਹੈਗੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਹੈਗੇ ਆ। ਜਿਹੜਾ ਹੈਗਾ ਅਵਤਾਰ ਸਿੰਘ ਜਿਹੜਾ ਇਹਦਾ ਭਰਾ ਹੈਗਾ ਆ ਸੁਖਚੈਨ ਦਾ, ਉਹ ਹੈਗਾ ਜੀਰਾ ਵਿਖੇ ਸੈਟ ਇਨ ਕੇਅਰ ਕ੍ਰੈਡਿਟ ਲਿਮਿਟਡ ਜਿਹੜੀ ਹੈਗਾ ਉਸੇ ਕੰਪਨੀ ਵਿੱਚ ਕੰਮ ਕਰਦਾ ਹੈ। ਦੋ ਦਿਨ ਤੋਂ ਬੈਂਕ ਦਾ ਜਿਹੜਾ ਸੀਗਾ ਕੰਪਿਊਟਰ ਚੱਲ ਨਹੀਂ ਰਿਹਾ ਸੀ ਠੀਕ ਕਰਕੇ, ਇਸ ਕਰਕੇ ਅਮਾਊਂਟ ਜ਼ਿਆਦਾ ਵੱਧ ਗਈ ਸੀ ਅਤੇ ਇਹਨਾਂ ਨੇ ਡਰਾਮਾ ਰਚਿਆ। ਇਹ ਖੁਦ ਹੀ ਇਹਨਾਂ ਨੇ ਪਲਾਨ ਕੀਤਾ ਹੈਗਾ, ਜਿਹਦੇ 'ਚ ਪੁਲਿਸ ਨੇ ਦੋ ਬੰਦੇ ਜਿਹੜਾ ਹੈਗਾ ਆ ਸੁਖਚੈਨ ਅਤੇ ਅਵਤਾਰ ਨੂੰ, ਦੋਨੋਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ। ਇਹਨਾਂ ਕੋਲੋਂ 71,000 ਰੁਪਇਆ ਬਰਾਮਦ ਕਰ ਲਿਆ, ਬਾਕੀ ਅਮਾਊਂਟ ਦਾ ਸਰ ਪਤਾ ਲੱਗਿਆ। ਬਾਕੀ ਅਮਾਊਂਟ ਜਿਹੜੀ ਹੈਗੀ ਮਾਈਕਲ ਧਰਮਾ ਅਤੇ ਕਾਲੂ ਜਿਹੜਾ ਹੈਗਾ ਇਹਨਾਂ ਦੇ ਕੋਲ ਹੈਗੀ ਆ, ਉਹਨਾਂ ਨੂੰ ਫੜਨ ਤੋਂ ਬਾਅਦ ਹੀ ਰਕਮ ਮਿਲਦੀ। ਪਹਿਲਾਂ ਵੀ ਕੋਈ ਇਸ ਤਰ੍ਹਾਂ ਦੇ ਮਾਮਲੇ ਕਰਕੇ, ਇਹਨਾਂ 'ਤੇ ਪਹਿਲਾਂ ਕੋਈ ਇਹੋ ਜਿਹਾ ਮਾਮਲਾ ਨਹੀਂ ਹੁੰਦਾ ਸਰ।